ਹਾਂਜੀ ਪ੍ਰੋਫੈਸਰ ਬਲਵਿੰਦਰਪਾਲ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪ੍ਰੋਫੈਸਰ ਸਾਹਿਬ ਸਿਹਤਾਂ ਬਾਰੇ ਸੁਣਾਓ, ਚੜ੍ਹਦੀ ਕਲਾ ਚ ਨੇ? ਹਾਂਜੀ ਹਾਂਜੀ ਜੀ, ਮੈਂ ਹਰਪ੍ਰੀਤ ਸਿੰਘ ਮਖੂ ਬੋਲ ਰਿਹਾ ਜੀ, ਤੁਹਾਡਾ ਪਾਠਕ ਵੀ ਹਾਂ ਤੇ ਤੁਹਾਡਾ ਪ੍ਰੋਸੈਸਕ ਵੀ ਹਾਂ। ਥੈਂਕ ਯੂ ਜੀ, ਥੈਂਕ ਯੂ। ਅੱਛਾ, ਮੈਨੂੰ ਇੱਕ ਜਾਣਕਾਰੀ ਦਿਓ, ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਵੈਸੇ ਰੰਗਰੇਟਾ ਸ਼ਬਦ ਉਹਦੇ ਨਾਮ ਨਾਲ ਵਰਤਣਾ, ਮੇਰੇ ਖਿਆਲ ਰੰਗਰੇਟੇ ਸ਼ਬਦ ਨੂੰ ਛੋਟਾ ਕਰਨਾ ਹੋਵੇਗਾ। ਪਿਛਲੇ ਦਿਨਾਂ ਦੇ ਵਿੱਚ ਲੁਧਿਆਣੇ ਤੋਂ ਇੱਕ ਡਾਕਟਰ ਗੁਰਿੰਦਰ ਸਿੰਘ ਵੀ ਨਹੀਂ ਕਹਾ, ਕਿਉਂਕਿ ਪਿਛਲੇ ਦਿਨਾਂ ਵਿੱਚ ਖੰਡੇ ਬਾਟੇ ਦੀ ਪੌੜ ਲੈ ਕੇ ਤੇ ਉਹਨੇ ਉਸ ਤੋਂ ਬਾਅਦ ਫਿਰ ਦੁਬਾਰਾ ਕੇਸਾਂ ਦੀ ਬੇਅਦਬੀ ਕੀਤੀ। ਲੁਧਿਆਣੇ ਵਾਲਾ ਇੱਕ ਡਾਕਟਰ ਗੁਰਿੰਦਰ ਹੈ ਤੇ ਤੁਸੀਂ ਅਕਸਰ ਵੇਖਿਆ ਹੋਵੇਗਾ ਵੀ ਇੱਕ ਕਮਿਊਨਿਟੀ ਨੂੰ ਟਾਰਗੇਟ ਕਰਦਾ ਆ, ਕਦੀ ਉਹਨਾਂ ਦੀਆਂ ਧੀਆਂ ਭੈਣਾਂ ਨੂੰ, ਕਦੀ ਉਹਨਾਂ ਦੇ DNA ਨੂੰ। ਤੇ ਪਿਛਲੇ ਦਿਨਾਂ ਦੇ ਵਿੱਚ ਉਹਨੇ ਇੱਕ ਸਮਾਜ ਸੇਵੀ PP ਸੁਖਵਿੰਦਰ ਸਿੰਘ ਦੀਆਂ ਧੀਆਂ ਨੂੰ ਟਾਰਗੇਟ ਕੀਤਾ, ਉਹਨਾਂ ਨੇ ਕੰਪਲੇਂਟ ਕੀਤੀ ਤੇ ਉਸ ਤੋਂ ਬਾਅਦ ਇਹਨੂੰ ਕਾਰਵਾਈ ਹੋਈ ਇੱਥੇ ਜੀ। ਤੇ ਜਿਸ ਦਿਨ ਇਹਨੂੰ ਲੈ ਕੇ ਆਏ ਤਾਂ ਉਦਨ ਇਹਨੇ ਬੜੇ ਫਖਰ ਦੇ ਨਾਲ ਕਿਹਾ, ਕਹਿੰਦਾ ਲੋਕਾਂ ਨੇ ਬਾਬਾ ਸਾਹਿਬ ਦਾ ਸਾਥ ਨਹੀਂ ਦਿੱਤਾ, ਲੋਕਾਂ ਨੇ ਕਾਸ਼ੀ ਰਾਮ ਦਾ ਸਾਥ ਨਹੀਂ ਦਿੱਤਾ, ਜੇ ਹੁਣ ਮੇਰਾ ਸਾਥ ਨਾ ਦਿੱਤਾ। ਮੈਨੂੰ ਸਮਝ ਨਹੀਂ ਆਈ ਵੀ ਇਹ ਉਹਨਾਂ ਮਹਾਂਪੁਰਸ਼ਾਂ ਦੇ ਨਾਲ ਆਪਣੇ ਆਪ ਨੂੰ ਕੰਪੇਅਰ ਕਰਦਾ ਆ, ਤੇ ਤੁਸੀਂ ਉਸ ਸਮਾਜ ਦੇ ਵਿੱਚੋਂ, ਜੇ ਤੁਸੀਂ ਸਮਾਜ ਤੇ ਵੈਸੇ ਚਲੋ ਇੱਕੋ ਹੀ ਹੈ, ਇੰਜ ਕਹਿ ਲਈਏ ਵੀ ਤੁਸੀਂ ਐਸੀ ਭਾਈਚਾਰੇ ਦੀ ਇੱਕ ਬਹੁਤ ਵੱਡੀ ਆਵਾਜ਼ ਹੋ, ਕਿਤੇ ਤੁਹਾਨੂੰ ਮਹਿਸੂਸ ਨਹੀਂ ਹੋਇਆ ਵੀ ਇਹ ਬੰਦਾ ਉਹਨਾਂ ਮਹਾਂਪੁਰਸ਼ਾਂ ਨਾਲ ਕੰਪੇਅਰ ਕਰਦਾ ਹੈ? ਪਹਿਲੀ ਗੱਲ ਹੈ ਕਿ ਨਾ ਮੈਂ ਦਲਿਤ ਸਮਾਜ ਚ, ਨਾ ਮੈਂ ਉੱਚ ਜਾਤਾਂ ਚੋਂ ਆ ਜੀ, ਮੈਂ ਸਿੱਖ ਧਰਮ ਚੋਂ ਆ। ਜੋ ਗੁਰੂ ਸਾਹਿਬ ਮੈਨੂੰ ਮਨੋਰਥ ਦਿੱਤਾ ਕਿ ਸਾਂਝੀਵਾਲ ਦਾ ਮਿਸ਼ਨ ਲੈ ਕੇ ਚੱਲੋ, ਮੈਂ ਉਹ ਮਿਸ਼ਨ ਲੈ ਕੇ ਚੱਲਿਆ ਜੀ। ਜੀ, ਮੇਰੀ ਕੋਈ ਜਾਤ ਨਹੀਂ, ਮੇਰੀ ਪਛਾਣ ਸਿਰਫ ਸਿੱਖ ਆ। ਵਾਹ ਜੀ ਵਾਹ। ਹਾਂ, ਔਰ ਬਹੁਜਨਾਂ ਦੇ ਲਈ ਮੈਂ ਲੰਬਾ ਸੰਘਰਸ਼ ਕੀਤਾ, ਔਰ ਕਾਲਜ ਦੀ ਲਾਈਫ ਦੇ ਦੌਰਾਨ, ਆਪਣੇ ਜਿਹੜੇ ਵਿਦਿਆਰਥੀ ਜੀਵਨ ਦੀ ਲਾਈਫ ਦੇ ਦੌਰਾਨ ਮੇਰੀ ਸਾਂਝ ਬਾਬੇ ਕਾਂਸ਼ੀ ਰਾਮ ਨਾਲ ਇਸ ਕਰਕੇ ਪਈ ਸੀ ਕਿਉਂਕਿ ਮੈਂ ਫੈਡਰੇਸ਼ਨ ਵੱਲੋਂ, ਸਿੱਖ ਸਟੂਡੈਂਟ ਫੈਡਰੇਸ਼ਨ ਵੱਲੋਂ, ਜਦੋਂ ਬਹੁਜਨਾਂ ਦਾ ਅੰਦੋਲਨ ਵਿਦਿਆਰਥੀਆਂ ਦਾ ਚੱਲਿਆ ਸੀ ਮੰਡਲ ਕਮਿਸ਼ਨ, ਉਹਦੇ ਵਿੱਚ ਜਿਹੜੇ ਸਨ ਉੱਚ ਜਾਤਾਂ ਦੇ ਵਿਦਿਆਰਥੀ ਜਾਂ ਜਿਹਨਾਂ ਨੂੰ ਤੁਸੀਂ ਮਨੁਵਾਦੀ ਕਹਿ ਸਕਦੇ ਹੋ, ਉਹਨਾਂ ਨੇ ਕੁੱਟਮਾਰ ਕੀਤੀ ਸੀ ਬਹੁਜਨ ਸੰਗਠਨ ਦੇ ਵਿਦਿਆਰਥੀਆਂ ਦੇ ਨਾਲ, ਤੇ ਅਸੀਂ ਉਹਨਾਂ ਦਾ ਸਾਥ ਦੇ ਕੇ ਤੇ ਉਹ ਅੰਦੋਲਨ ਅਸੀਂ ਜਿਹੜਾ ਸੀਗਾ ਉਹ ਚੜ੍ਹਦੀ ਕਲਾ ਵੱਲ ਲੈ ਕੇ ਗਏ ਸੀ। ਉਹਤੇ ਬਾਅਦ ਸਾਡੇ ਤੇ ਜਿਹੜਾ ਸੀਗਾ ਪੁਲਿਸ ਦੀ ਕਾਰਵਾਈ ਹੋਣੀ ਸੀ, ਤੇ ਬਾਬਾ ਕਾਂਸ਼ੀ ਰਾਮ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਉਹ ਸਾਡੇ ਹੱਕ ਚ ਡਟ ਕੇ ਖਲੋਗੇ। ਉਸ ਤੋਂ ਬਾਅਦ ਮੈਂ ਲੈਕਚਰਾਰ ਬਣਿਆ ਤੇ ਮੈਂ ਬਾਬਾ ਕਾਂਸ਼ੀ ਰਾਮ ਜੀ ਦੇ ਹੱਕ ਦੇ ਵਿੱਚ ਮੈਂ ਲਗਾਤਾਰ ਲਿਖਿਆ ਤੇ ਉਹਨਾਂ ਨਾਲ ਮੇਰੀ ਸਾਂਝ ਪਈ। ਜਦੋਂ ਉਹ ਪੰਜਾਬ ਜਦੋਂ ਉਹਨਾਂ ਨੇ ਮਾਇਆਵਤੀ ਨੂੰ ਮੁੱਖ ਮੰਤਰੀ ਬਣਾਇਆ ਸੀ ਤਾਂ ਮੈਨੂੰ ਤੇ ਸਰਦਾਰ ਗੁਰਬਚਨ ਸਿੰਘ ਦੇਸ਼ ਪੰਜਾਬ ਵਾਲਿਆਂ ਦੋਵਾਂ ਨੂੰ ਸੱਦਿਆ ਸੀ, ਪੰਜਾਬ ਵਿੱਚ ਅਸੀਂ ਦੋ ਬੰਦੇ ਹੀ ਗਏ। ਵਾਹ ਜੀ ਵਾਹ। ਹਾਂਜੀ, ਤੇ ਉਹਨਾਂ ਦੀ ਮੈਂ ਉਹਨਾਂ ਨਾਲ ਜੁੜਨ ਦਾ ਮੇਰਾ ਕਾਰਨ ਸੀ, ਮੈਂ ਭਾਵੇਂ ਪਾਰਟੀ ਉਹਨਾਂ ਦੀ ਜੁਆਇਨ ਨਹੀਂ ਕੀਤੀ ਸੀ, ਪਰ ਮੇਰਾ ਜੁੜਨ ਦਾ ਕਾਰਨ ਸੀ ਕਿ ਉਹ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਪੂਰੇ ਭਾਰਤ 'ਚ ਫੈਲਾਉਣਾ ਚਾਹੁੰਦੇ ਸਨ। ਉਹਨਾਂ ਨੇ ਪੰਜਾਬ ਦੇ ਵਿੱਚ ਜ਼ਿਮੀਂਦਾਰ ਔਰ ਦਲਿਤ ਭਾਈਚਾਰੇ ਨੂੰ ਇਕੱਠਾ ਕੀਤਾ ਸੀ। ਸਾਡਾ ਮਿਸ਼ਨ ਵੀ ਇਹੀ ਹੈ ਕਿ ਦਲਿਤ ਭਾਈਚਾਰੇ ਤੇ ਜਿਹੜਾ ਆਪਣੇ ਜ਼ਿਮੀਂਦਾਰ ਭਾਈਚਾਰੇ ਨੂੰ ਇਕੱਠਾ ਕੀਤਾ ਜਾਣਾ ਚਾਹੀਦਾ। ਇਹ ਇੱਕ ਦੂਜੇ ਦੇ ਪੂਰਕ ਨੇ, ਜੇ ਆਪਾਂ ਦੇਖਿਆ ਜਾਵੇ ਤੇ ਇੱਕ ਦੂਜੇ ਦੇ ਪੂਰਕ ਨੇ, ਇੱਕ ਦੂਜੇ ਬਿਨਾਂ ਕਿਸੇ ਦਾ ਵੀ ਸਰਦਾ ਨਹੀਂ। ਹਾਂਜੀ, ਇਹ ਠੀਕ ਹੈ ਕਿ ਜਿਹੜੇ ਜ਼ਿਮੀਂਦਾਰ ਭਾਈਚਾਰੇ ਵਿੱਚੋਂ ਵੀ ਕੁਝ ਮੂਰਖ ਕਿਸਮ ਦੇ ਲੋਕ ਨੇ ਤੇ ਇਹਨਾਂ ਵਿੱਚੋਂ ਵੀ ਮੂਰਖ ਕਿਸਮ ਦੇ ਲੋਕ ਨੇ, ਉਹ ਤੁਹਾਨੂੰ ਆਪਸ ਵਿੱਚ ਲੜਾਉਣਾ ਚਾਹੁੰਦੇ ਨੇ। ਕੁਝ ਜਿਹੜੀਆਂ ਤਾਕਤਾਂ ਵੀ ਇਹੋ ਜਿਹਾ ਕੰਮ ਕਰਨਾ ਚਾਹੁੰਦੀਆਂ ਕਿ ਇਹਨਾਂ ਨੂੰ ਲੜਾ ਕੇ ਪੰਜਾਬ ਦੀ ਜਿਹੜੀ ਸਿਆਸੀ ਲੜਾਈ ਹੈ ਔਰ ਪੰਜਾਬ ਦੀ ਸਿਆਸੀ ਗੁੱਟਬੰਦੀ ਹੈ ਜਿਹਨੂੰ ਸਾਂਝੀਵਾਲਤਾ ਕਹਿੰਦੇ ਆ, ਉਹਨਾਂ ਨੂੰ ਕਮਜ਼ੋਰ ਕੀਤਾ ਜਾ ਸਕੇ ਜੀ। ਔਰ ਜਿੰਨੇ ਵੀ ਅੱਜ ਤੱਕ ਧਰਮ ਯੁੱਧ ਮੋਰਚੇ ਲੱਗੇ ਨੇ, ਅਕਾਲੀ ਦਲ ਨੇ ਲੜਾਈ ਲੜੀ ਹੈ ਪੰਜਾਬ ਦੇ ਹਿੱਤਾਂ ਲਈ, ਉਹਦੇ 'ਚ
ਦਲਿਤ ਭਾਈਚਾਰੇ ਦਾ ਬਹੁਤ ਵੱਡਾ ਯੋਗਦਾਨ ਰਿਹਾ ਔਰ ਉਹ ਜਿੱਤਦਾਰ ਭਾਈਚਾਰੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲੇ ਨੇ ਤੇ ਸਾਨੂੰ ਮਾਣ ਹੈ ਇਸ ਗੱਲ ਤੇ ਤੇ ਔਰ ਜਿਮੀਦਾਰ ਭਾਈਚਾਰੇ ਦਾ ਫਰਜ਼ ਹੈ ਜਿੱਥੇ ਇਹਨਾਂ ਨੂੰ ਦੁੱਖ ਤਕਲੀਫ਼ ਆਉਣ ਉੱਥੇ ਇਹ ਡਟ ਕੇ ਖਲੋਣ ਜਿੱਥੋਂ ਤੱਕ ਡਾਕਟਰ ਗੁਰਵਿੰਦਰ ਸਿੰਘ ਦਾ ਰੰਗਰੇਟੇ ਦਾ ਰੰਗਰੇਟੇ ਦਾ ਵਿਚਾਰ ਹੈ ਉਸ ਬਾਰੇ ਮੈਂ ਕਹਿਣਾ ਚਾਹੁੰਦਾ ਕਿ ਉਹਨੇ ਮੂਰਖਤਾ ਦੀ ਹੱਦ ਕਰ ਦਿੱਤੀ ਹੈ ਔਰ ਉਹਨਾਂ ਭੈਣਾਂ ਦੀ ਜਿਹੜੀ ਹੈ ਉਹ ਵਿਰੁੱਧ ਨਹੀਂ ਬੋਲਣਾ ਚਾਹੀਦਾ ਸੀਗਾ ਕਿਉਂਕਿ ਧੀਆਂ ਭੈਣਾਂ ਸਾਡੀਆਂ ਸਭ ਦੀਆਂ ਸਾਂਝੀਆਂ ਔਰ ਸਿੱਖ ਧਰਮ ਦਾ ਅਸੂਲ ਹੈ ਕਿ ਸਭ ਦੀਆਂ ਧੀਆਂ ਭੈਣਾਂ ਨੂੰ ਆਪਣੀਆਂ ਧੀਆਂ ਭੈਣਾਂ ਜਾਣੋ ਔਰ ਇਸ ਤੋਂ ਬਿਨਾਂ ਸਾਡੀ ਜਿਹੜੀ ਗਤੀ ਨਹੀਂ ਹੋ ਸਕਦੀ ਕਿਉਂਕਿ ਸਾਡੇ ਬਾਰੇ ਜਿਹੜੇ ਸਾਡੇ ਦੁਸ਼ਮਣਾਂ ਨੇ ਸਾਡੇ ਬਾਰੇ ਲਿਖਿਆ ਕਿ ਸਿੱਖ ਬਹੁਤ ਕਿਰਦਾਰ ਦੇ ਉੱਚੇ ਸੁੱਚੇ ਹੁੰਦੇ ਨੇ ਔਰ ਉਹ ਕਿਸੇ ਦੀ ਧੀ ਭੈਣ ਦੇ ਵਿਰੁੱਧ ਵਿਚਾਰ ਨਹੀਂ ਰੱਖਦੇ ਗਲਤ ਵਿਚਾਰ ਨਹੀਂ ਰੱਖਦੇ ਜੀ ਔਰ ਇਸ ਗੱਲ ਦੇ ਪਹਿਰੇ ਪਹਿਰਾ ਇਹ ਕਹਿੰਦਾ ਆ ਮੇਰਾ ਇੱਕ ਸਵਾਲ ਹੈ ਜੀ ਇਹ ਕਹਿੰਦਾ ਆ ਵੀ ਮੈਂ ਕਾਸ਼ੀ ਰਾਮ ਜੀ ਦੀ ਤੇ ਬਾਬਾ ਸਾਹਿਬ ਦੀ ਸੋਚ ਤੇ ਚੱਲਦਾ ਵਾਂ ਕਿ ਉਹ ਸੋਚ ਦੇ ਵਿੱਚ ਕਿਉਂਕਿ ਤੁਸੀਂ ਤੇ ਬਹੁਤ ਜ਼ਿਆਦਾ ਪੜ੍ਹਿਆ ਦੇਖੋ ਮੈਂ ਵੀ ਕਾਫੀ ਕਾਸ਼ੀ ਰਾਮ ਜੀ ਨੂੰ ਵੀ ਪੜ੍ਹਿਆ ਆ ਤੇ ਡਾਕਟਰ ਭੀਮ ਰਾਓ ਅੰਬੇਦਕਰ ਜੀ ਨੂੰ ਵੀ ਪੜਿਆ ਆ ਹਨਾ ਮੈਂ ਤੇ ਉਹਨਾਂ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋਣਾ ਵੀ ਜੇ ਡਾਕਟਰ ਭੀਮ ਰਾਓ ਅੰਬੇਦਕਰ ਮੁਹਾਰ ਜਾਤੀ ਵਿੱਚੋਂ ਨੇ ਤੇ ਉਹਨਾਂ ਨੇ ਇਕੱਲੇ ਮੁਹਾਰਾਂ ਲਈ ਕੰਮ ਨਹੀਂ ਕੀਤਾ ਉਹਨਾਂ ਨੇ ਸਮੁੱਚੀ ਉਸ ਵਰਗ ਲਈ ਕੰਮ ਕੀਤਾ ਜਿਹੜਾ ਲੰਮੇ ਸਮੇਂ ਤੋਂ ਲਤਾੜਿਆ ਗਿਆ ਸੀ ਲੰਮੇ ਸਮੇਂ ਤੋਂ ਆਪਣੇ ਹੱਕਾਂ ਦੇ ਪ੍ਰਤੀ ਸੁਚੇਤ ਨਹੀਂ ਸੀ ਹਨਾ ਜੇ ਕਾਸ਼ੀ ਰਾਮ ਜੀ ਦੀ ਵੀ ਗੱਲ ਕਰੀਏ ਤਾਂ ਸੱਤਾ ਉਹਨਾਂ ਲੋਕਾਂ ਨੂੰ ਜਿਹੜੇ ਕਦੀ ਸੱਤਾ ਦਾ ਸੁਪਨਾ ਵੀ ਨਹੀਂ ਸੀ ਲੈ ਸਕਦੇ ਉਹਨਾਂ ਦੇ ਦਿਲੋਂ ਦਿਮਾਗ ਦੇ ਵਿੱਚੋਂ ਕਈ ਹਜ਼ਾਰ ਸਾਲਾਂ ਤੋਂ ਇਹ ਚੀਜ਼ ਕੱਢੀ ਗਈ ਸੀ ਵੀ ਤੁਸੀਂ ਗੁਲਾਮ ਹੋ ਉਹਨਾਂ ਦੇ ਅੰਦਰ ਸੱਤਾ ਦੀ ਇੱਕ ਚਿਣਕ ਪੈਦਾ ਕਰਕੇ ਸੱਤਾ ਤੇ ਬਿਠਾ ਵੀ ਦਿੱਤਾ ਸੱਤਾ ਉਹਨਾਂ ਨੂੰ ਦੱਸਿਆ ਵੀ ਦਿੱਲੀ ਵਾਲਾ ਰਾਹ ਹੈ ਤੁਹਾਡਾ ਸੋ ਇਹਨਾਂ ਨੂੰ ਪੜ੍ਹਨ ਤੋਂ ਬਾਅਦ ਤੇ ਅੰਦਰਲੇ ਪਾਸੇ ਇੱਕ ਜਜ਼ਬਾ ਜਾਗਦਾ ਆ ਮੈਂ ਕਿਤੇ ਨਹੀਂ ਪੜ੍ਹਿਆ ਵੀ ਉਹਨਾਂ ਨੇ ਕਿਹਾ ਹੋਵੇ ਵੀ ਕਿਸੇ ਕਮਿਊਨਿਟੀ ਦੀਆਂ ਧੀਆਂ ਭੈਣਾਂ ਨੂੰ ਟਾਰਗੇਟ ਕਰੋ ਉਹਨਾਂ ਦੇ ਬਲੱਡ ਨੂੰ ਟਾਰਗੇਟ ਕਰੋ ਉਹਨਾਂ ਦੇ DNA ਨੂੰ ਟਾਰਗੇਟ ਕਰੋ ਤੇ ਇਹ ਫਿਰ ਕਹਿੰਦੇ ਮੈਂ ਉਹਨਾਂ ਦੀ ਸੋਚ ਤੇ ਚੱਲਦਾ ਵਾਂ ਬਾਬਾ ਸਾਹਿਬ ਦੀ ਤੇ ਫਿਰ ਇਹ ਬਾਬਾ ਸਾਹਿਬ ਦੀ ਸੋਚ ਤੇ ਨਹੀਂ ਹੋ ਸਕਦੀ ਦੇਖੋ ਨਾ ਉਹ ਗੁਰੂਆਂ ਦੀ ਸੋਚ ਤੇ ਚੱਲਿਆ ਦਾਵਾ ਗੁਰੂਆਂ ਦੀ ਸੋਚ ਦਾ ਵੀ ਕਰਦਾ ਤੇ ਪਿੱਛੇ ਜੇ ਉਹਨੇ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਵੀ ਕਿਹਾ ਸੀ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਜ਼ਿਮੀਂਦਾਰਾਂ ਨੂੰ ਜ਼ਮੀਨਾਂ ਦੇ ਦਿੱਤੀਆਂ ਤੇ ਦੱਸਾਂ ਨੂੰ ਕੀ ਦਿੱਤਾ ਮੈਂ ਤੁਹਾਨੂੰ ਬਾਰੇ ਮੈਂ ਹਿਸਟਰੀ ਦੀ ਚੰਗੀ ਘੋਖ ਕੀਤੀ ਮੇਰੀ ਕਿਤਾਬ ਵੀ ਆ ਚੁੱਕੀ ਹੈ ਬਾਬਾ ਬੰਦਾ ਸਿੰਘ ਬਹਾਦਰ ਦਾ ਖਾਲਸਾ ਰਾਜ ਉਹਦੇ ਵਿੱਚ ਤੁਸੀਂ ਪੜ੍ਹ ਸਕਦੇ ਹੋ ਕਿ ਜਦੋਂ ਉਹ ਪਿੰਡਾਂ ਵਿੱਚ ਜਾਂਦੇ ਸਨ ਤਾਂ ਉਹ ਪਿੰਡਾਂ ਵਿੱਚ ਜਿਹੜਾ ਦਲਿਤ ਸਮਾਜ ਦੇ ਵਿਅਕਤੀ ਨੂੰ ਚੁਣਦੇ ਸਨ ਤੇ ਉਹਨਾਂ ਨੂੰ ਚੋ ਪਿੰਡ ਦਾ ਚੌਧਰੀ ਥਾਪ ਦਿੰਦੇ ਸਨ ਇਹ ਕਿੰਨੀ ਵੱਡੀ ਗੱਲ ਹੈ ਪਹਿਲੀ ਵਾਰੀ ਹੋਇਆ ਇਤਿਹਾਸ ਦਬੇ ਕੁਚਲਿਆਂ ਨੂੰ ਉਹਨਾਂ ਨੇ ਸਰਦਾਰੀ ਦਿੱਤੀ ਹੈ ਔਰ ਰੰਗਰੇਟੇ ਹੁਣੀ ਕਹਿ ਰਹੇ ਨੇ ਕਿ ਬੰਦਾ ਸਿੰਘ ਬਹਾਦਰ ਨੇ ਬਹੁਜਣਾਂ ਲਈ ਕੁਛ ਨਹੀਂ ਕੀਤਾ ਗੰਡਾ ਸਿੰਘ ਦੀ ਕਿਤਾਬ ਵਿੱਚ ਲਿਖਿਆ ਕਿ ਪਿੰਡ ਵਿੱਚ ਉਹਨਾਂ ਨੇ ਜਿੱਥੇ ਜਾ ਰਹੇ ਸਨ ਬਾਬਾ ਬੰਦਾ ਸਿੰਘ ਬਹਾਦਰ ਰਾਹ ਵਿੱਚ ਉਹਨਾਂ ਨੇ ਪਿੰਡ ਦੇ ਬਾਹਰ ਮੋਚੀ ਬੈਠਾ ਦੇਖਿਆ ਉਹ ਜੁੱਤੀਆਂ ਗੱਡ ਰਿਹਾ ਸੀ ਉਹਦਾ ਘਰ ਬਹੁਤ ਟੁੱਟਾ ਫੁੱਟਾ ਸੀ ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਕਿਹਾ ਵੀ ਤੂੰ ਬਾਹਰ ਬੈਠਾ ਕਿਉਂ ਹੈ ਪਿੰਡ ਤੋਂ ਬਾਹਰ ਕਿਉਂ ਬੈਠਾ ਪਿੰਡ ਵਿੱਚ ਕਿਉਂ ਨੀ ਤੂੰ ਇਹ ਕੰਮ ਕਰ ਰਿਹਾ ਉਹ ਕਹਿੰਦਾ ਮੈਨੂੰ ਪਿੰਡ ਵਾਲੇ ਵੜਨ ਨਹੀਂ ਦਿੰਦੇ ਉਹਨਾਂ ਨੇ ਆਪਣੇ ਭਾਈ ਬਾਜ ਸਿੰਘ ਨੂੰ ਤੇ ਪੰਜ ਸਿੰਘਾਂ ਨੂੰ ਨਾਲ ਭੇਜਿਆ ਵੀ ਤੁਸੀਂ ਅੰਦਰ ਜਾ ਕੇ ਇਹਨੂੰ ਇਹਦਾ ਕਲਿਆਣ ਕਰਕੇ ਆਓ ਤੇ ਉਹਨਾਂ ਨੇ ਉਹ ਕਿ ਵੀ ਅੱਜ ਤੋਂ ਬਾਅਦ ਇਹ ਜਿਹੜਾ ਪਿੰਡ ਦਾ ਚੌਧਰੀ ਆ ਉਹ ਜਿੰਨੇ ਵੀ ਉੱਚ ਜਾਤਾਂ ਦੇ ਲੋਕ ਹੈ ਉਹਦੇ ਪੈਰੀ ਪੈ ਗਏ ਔਰ ਉਹਨੂੰ ਮਾਣ ਸਤਿਕਾਰ ਦਿੱਤਾ ਇਹ ਸੀ ਖਾਲਸਾ ਰਾਜ ਔਰ ਇਹ ਸੀ ਸਿੱਖਾਂ ਦੀ ਜਿਹੜੀ ਹੈ ਸ਼ਾਨ ਜਿਹੜੀ ਜਿਹਨੂੰ ਕਹਿੰਦੇ ਸੀ ਵੀ ਅਸੀਂ ਜਿਹੜਾ ਜਾਤ ਪਾਤ ਤੋਂ ਰਹਿਤ ਜਿਹੜਾ ਇੱਕ ਸਮਾਜ ਸਿਰਜਣਾ ਔਰ ਬਾਬਾ ਸਾਹਿਬ ਅੰਬੇਡਕਰ ਦੀ ਗੱਲ ਸੁਣੋ ਉਹ ਜਾਤ ਪਾਤ ਬੀਜ ਦਾ ਨਾਸ਼ ਕਹਿੰਦੇ ਜਾਤ ਪਾਤ ਦਾ ਬੀਜ ਨਾਸ਼ ਵਿੱਚ ਕਹਿੰਦੇ ਨੇ ਜਿੱਥੇ ਸਤਿਗੁਰੂ ਨਾਨਕ ਖਲੋਤੇ ਜਿੱਥੇ ਸੰਤ ਕਬੀਰ ਖਲੋਤੇ ਜਿੱਥੇ ਬੁੱਧ ਖਲੋਤੇ ਉੱਥੇ ਹੀ ਸਾਡੇ ਸਮਾਜ ਨੂੰ ਖਲੋਣਾ ਚਾਹੀਦਾ ਔਰ ਉਹ ਕਹਿੰਦੇ ਨੇ ਵੀ ਸਿੱਖਾਂ ਦੇ ਵਿੱਚ ਸਾਂਝੀਵਾਲਤਾ ਇੰਨੀ ਹੈ ਭਾਈਚਾਰਾ ਇੰਨਾ ਸਾਥੀ ਭਾਵਨਾ ਇੰਨੀ ਹੈ
ਕਿ ਉਹ ਉਹਨਾਂ ਦੇ ਭਾਈਚਾਰੇ ਦੇ ਕਿਤੇ ਵਿਵਹਾਰ ਹੁੰਦਾ ਆਪਸ ਵਿੱਚ ਰਲ ਖਲੋਂਦੇ ਨੇ ਤੇ ਸਾਨੂੰ ਵੀ ਇਹ ਜਿਹੜੀ ਨੀਤੀ ਅਪਣਾ ਲੈਣੀ ਚਾਹੀਦੀ ਹੈ। ਇੰਨੀ ਰਿਸਪੈਕਟ ਉਹਨਾਂ ਨੇ ਸਿੱਖ ਧਰਮ ਨੂੰ ਦਿੱਤੀ ਹੈ, ਬਾਬਾ ਸਾਹਿਬ ਨੇ ਤੇ ਕਾਂਸ਼ੀ ਰਾਮ ਹੈ ਹੀ ਸਾਡੇ ਪੰਥ ਵਿੱਚੋਂ ਹੀ ਸਨ ਜੀ, ਪੰਜਾਬ ਚੋਂ ਹੀ। ਹਾਂਜੀ, ਜਿਹੜੇ ਉਹ ਕਹਿ ਰਹੇ ਸੀ ਕਿ ਮੈਂ ਸਤਿਗੁਰੂ ਨਾਨਕ ਦਾ ਮਿਸ਼ਨ ਜਿਹੜਾ ਲੈ ਕੇ, ਮੈਂ ਕਹਿੰਦਾ ਜੀ ਕਿੰਨੀ ਵੱਡੀ ਗੱਲ ਹੈ, ਉਹਨੂੰ ਪੁੱਛਿਆ ਗਿਆ ਵੀ ਤੁਹਾਡੀ ਪਾਰਟੀ ਦਾ ਚੋਣ ਮੈਨੀਫੈਸਟੋ ਕੀ ਹੋਵੇਗਾ, ਤੇ ਉਹ ਕਹਿੰਦੇ ਕਿ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਵਿਚਾਰਧਾਰਾ ਹੀ ਸਾਡੀ ਪਾਰਟੀ ਦਾ ਚੋਣ ਮੈਨੀਫੈਸਟੋ ਹੋਵੇਗਾ, ਹੋਰ ਇਹਦੋਂ ਵੱਡੀ ਕਿਹੜੀ ਗੱਲ ਆ। ਫਿਰ ਜਿਹੜੇ ਸਾਹਿਬ ਦੇ ਬਾਬਾ ਕਾਂਸ਼ੀ ਰਾਮ ਦੇ ਜਿਹੜੇ ਲੈਫਟੀਨੈਂਟ ਸਨ, ਆਪਣੇ ਜਿਹੜੇ ਜਿੱਤੇ ਸਨ, ਚਾਹੇ ਉਹ ਹਰਭਜਨ ਲਾਖਾ ਜੀ ਸਨ ਜਾਂ ਕੋਈ ਹੋਰ ਸਨ, ਸਭ ਨੇ ਇਸ ਗੱਲ ਤੇ ਪਹਿਰਾ ਦਿੱਤਾ ਔਰ ਸਿੱਖ ਧਰਮ ਦੀ ਜਿਹੜੀ ਮਾਨ ਸਤਿਕਾਰ ਨੂੰ ਬਹਾਲ ਰੱਖਿਆ। ਔਰ ਗੱਲ ਪੱਕੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਤੋਂ ਬਿਨਾਂ ਸਾਡਾ ਕਲਿਆਣ ਨਹੀਂ ਗਾ। ਇਹਦੇ ਮਨੋਰਥ ਨੂੰ ਲੈ ਕੇ ਤੁਰਨਾ ਚਾਹੀਦਾ, ਜਾਤ ਪਾਤ ਦਾ ਬੀਜ ਨਾਸ਼ ਕਰਨਾ ਚਾਹੀਦਾ। ਜਿੱਥੇ ਜਿੱਥੇ ਵੀ ਦਲਿਤ ਭਾਈਚਾਰੇ ਨੂੰ ਔਕੜ ਆਉਂਦੀ ਹੈ ਉੱਥੇ ਸਿੱਖ ਸਮਾਜ ਨੂੰ, ਸਿੱਖ ਪੰਥ ਨੂੰ ਖੜਨਾ ਚਾਹੀਦਾ ਜੀ। ਇਹ ਤਾਂ ਮੈਂ ਐਗਰੀ ਕਰ ਗਿਆ ਤੁਹਾਡੀਆਂ ਗੱਲਾਂ ਦੇ ਨਾਲ, ਪਰ ਇਹ ਆਪਣੇ ਆਪ ਨੂੰ ਜਿਵੇਂ ਉਹਨਾਂ ਮਹਾਂਪੁਰਸ਼ਾਂ ਦੇ ਨਾਲ ਜੋੜ ਕੇ ਦੇਖਦਾ, ਹੁਣ ਜੇ ਉਹਨਾਂ ਦੇ ਪਿੰਡੋਂ ਉਹਨਾਂ ਦੇ ਪਰਿਵਾਰਾਂ ਨੇ, ਕਾਸ਼ੀ ਰਾਮ ਜੀ ਦੇ ਭਰਾ ਨੇ, ਉਹਨਾਂ ਦੇ ਭਤੀਜਿਆਂ ਨੇ ਵੀ ਕਹਿਤਾ ਵੀ ਜੇ ਇਹਨੇ ਕਾਸ਼ੀ ਰਾਮ ਦਾ ਨਾਮ ਯੂਜ਼ ਕੀਤਾ ਤੇ ਭਾਈ ਅਸੀਂ ਇਹਦੇ ਖਿਲਾਫ ਕਾਰਵਾਈਆਂ ਕਰਾਂਗੇ। ਉਹਨਾਂ ਨੂੰ ਵੀ ਮਹਿਸੂਸ ਹੋਇਆ ਵੀ ਇਹ ਉਹਨਾਂ ਦੇ ਨਾਮ ਨੂੰ ਸਗੋਂ ਛੋਟੀਆਂ ਕਰਦਾ ਪਿਆ ਆ। ਤੇ ਤੁਹਾਡਾ ਕੀ ਖਿਆਲ ਹੈ ਜਦੋਂ ਇਹ ਆਪਣੇ ਨਾਮ ਨੂੰ ਏਡੇ ਵੱਡੇ ਮਹਾਂਪੁਰਸ਼ਾਂ ਨਾਲ ਜੋੜਦਾ ਆ, ਤੁਸੀਂ ਤਾਂ ਬਹੁਤ ਕੁਝ ਲਿਖਿਆ ਆ, ਤੁਹਾਡਾ ਕੀ ਕਹਿਣਾ ਇਹਦੇ ਬਾਰੇ ਲੁਧਿਆਣੇ ਵਾਲੇ? ਇਹ ਤਾਂ ਗਲਤ ਗੱਲ ਆ, ਔਰ ਉਹਦੇ ਹੱਕ ਵਿੱਚ ਕਿਸੇ ਦਾ ਵੀ ਖੜਨਾ ਉਹ ਵੀ ਗਲਤ ਗੱਲ ਆ। ਔਰ ਜਿਹੜਾ ਬਾਬਾ ਕਾਂਸ਼ੀ ਰਾਮ ਜੀ ਦੇ ਪਰਿਵਾਰ ਨੇ ਇਹ ਜਿਹੜਾ ਹਦਾਇਤ ਦਿੱਤੀ ਹੈ, ਬਹੁਤ ਵਧੀਆ ਕਾਰਵਾਈ। ਇਹਦੇ ਨਾਲ ਜਿਹੜਾ ਸਿੱਖ ਭਾਈਚਾਰੇ ਔਰ ਦਲਿਤ ਭਾਈਚਾਰੇ ਦੀ ਏਕਤਾ ਕਾਇਮ ਰਹੇਗੀ ਤੇ ਇਸ ਏਕਤਾ ਨੂੰ ਵੱਡੇ ਪੱਧਰ ਤੇ ਅੱਗੇ ਲਿਜਾਣਾ ਚਾਹੀਦਾ। ਜੀ ਹਾਂ ਬਿਲਕੁਲ ਜੀ, ਦਿਲ ਦੀਆਂ ਗਹਿਰਾਈਆਂ ਤੋਂ ਮੈਂ ਤੁਹਾਡਾ ਧੰਨਵਾਦ ਜੀ। ਸੋਹਣੇ ਸੁਚੱਜੇ ਢੰਗ ਦੇ ਵਿੱਚ ਤੁਸੀਂ ਜਾਣਕਾਰੀਆਂ ਮੁਹੱਈਆ ਕਰਵਾਈਆਂ ਨੇ। ਕੋਈ ਹੋਰ ਵੀ ਮਨ ਦੇ ਵਿੱਚ ਸਵਾਲ ਆਇਆ ਤਾਂ ਜ਼ਰੂਰ ਤੁਹਾਡੇ ਨਾਲ ਗੱਲਬਾਤ ਕਰਾਂਗੇ। ਪ੍ਰੋਫੈਸਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।